ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਟੂਡੇ। ਅੱਜ ਇਸ ਟਾਈਮ ਅਸੀਂ ਪਹੁੰਚੇ ਹਾਂ ਰਘੁਆਣਾ ਤੋਂ ਦੌਲਤਪੁਰ ਖੇੜਾ ਰੋਡ 'ਤੇ। ਸਵੇਰੇ ਅਸੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਕਿ ਇੱਕ ਬਜ਼ੁਰਗ ਹੈ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਪਿੰਡ ਆਪਣਾ ਝੰਡਾ ਖੁਰਦ ਵੱਡਾ ਝੰਡਾ ਦੱਸ ਰਿਹਾ ਔਰ ਮਾਨਸਾ ਜ਼ਿਲ੍ਹਾ ਸਰਦੂਲਗੜ੍ਹ ਕੋਲ ਇਹ ਪਿੰਡ ਪੈਂਦਾ ਹੈਗਾ ਔਰ ਇਹ ਦੱਸ ਰਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਹੈ ਜਿਹੜਾ ਇਹ ਇਸੇ ਤਰ੍ਹਾਂ ਹੀ ਲਾਵਾਰਸ ਸੜਕਾਂ 'ਤੇ ਘੁੰਮ ਰਿਹਾ। ਜਦੋਂ ਵੀ ਕਿਸੇ ਨੂੰ ਮਿਲਦਾ ਹੈ ਕੋਈ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹ ਖੇਤਾਂ ਦੇ ਕਿਸਾਨ ਇਕੱਠੇ ਹੋਏ ਆ, ਢਾਣੀ 'ਚ ਰਹਿੰਦੇ। ਇਹਨਾਂ ਨੇ ਵੀ ਸਵੇਰੇ ਇਹਨੂੰ ਰੋਟੀ ਪਾਣੀ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ ਸੀਗਾ। ਅਸੀਂ ਵੀ ਸਵੇਰੇ ਆਏ ਇੱਥੇ ਔਰ ਸਾਨੂੰ ਪਤਾ ਲੱਗਿਆ ਕਿ ਇੱਥੇ ਅਸੀਂ ਸੋਚਿਆ ਵੀ ਕੋਈ ਮੁਸਾਫਰ ਹੋਣਾ, ਇੱਥੇ ਆਰਾਮ ਕਰਦਾ ਹੋਊ। ਜਦੋਂ ਕਾਫੀ ਟਾਈਮ ਬੈਠਾ ਰਿਹਾ, ਇਹਨਾਂ ਨੇ ਦੱਸਿਆ ਕਿ ਜਿਹੜਾ ਹੈਗਾ ਦੋ ਦਿਨਾਂ ਦਾ ਇੱਥੇ ਹੀ ਫਿਰਦਾ ਹੈ। ਔਰ ਸੋਸ਼ਲ ਮੀਡੀਆ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਬੱਚੇ ਦੇਖ ਰਹੇ ਤੁਸੀਂ, ਇਹ ਵੀ ਇਹਦੇ ਵਾਸਤੇ ਰੋਟੀ ਲੈ ਕੇ ਆਏ ਆ ਔਰ ਸਵੇਰ ਦਾ ਇੱਥੇ ਬੈਠਾ ਹੈ। ਉਸ ਤੋਂ ਬਾਅਦ ਅਪੀਲ ਕੀਤੀ ਸੀ ਸਮਾਜਿਕ ਸੰਸਥਾਵਾਂ ਤੋਂ ਕਿ ਜਿਹੜਾ ਇਹ ਕਿਤੇ ਇਹਦਾ ਸਹਾਰਾ ਦਾ ਪ੍ਰਬੰਧ ਕੀਤਾ ਜਾਵੇ। ਉਸ ਤੋਂ ਬਾਅਦ ਭਾਈ ਕਨਈਆ ਜੀ ਮਾਨਵ ਸੇਵਾ ਸਮਿਤੀ ਸਰਸਾ ਕਨਈਆ ਆਸ਼ਰਮ ਨਾਲ ਗੱਲ ਹੋਈ ਔਰ ਉਹ ਹੁਣੇ ਥੋੜ੍ਹੇ ਦੇਰ ਬਾਅਦ ਐਂਬੂਲੈਂਸ ਲੈ ਕੇ ਆਉਣਗੇ, ਉੱਥੇ ਆਸ਼ਰਮ 'ਚ ਇਹਨਾਂ ਨੂੰ ਰੱਖਣਗੇ। ਇਹ ਦੱਸ ਰਹੇ ਹੈ ਕਿ ਇਹਦਾ ਭਰਾ ਹੈ ਜਿਹੜਾ ਉਹ ਮਿਸਤਰੀ ਹੈ, ਫੀਟਰਾਂ ਦਾ ਕੰਮ ਕਰਦਾ ਹੈਗਾ ਮੋਹਨ ਸਿੰਘ, ਔਰ ਇਹਦਾ ਕੋਈ ਪਰਿਵਾਰ ਨਹੀਂ ਹੈਗਾ, ਵਿਆਹ ਨਹੀਂ ਹੋਇਆ ਸੀ, ਪਰਿਵਾਰ ਹੈ ਨਹੀਂ, ਉਹਦਾ ਕਰਕੇ ਇਹਨੂੰ ਉੱਥੋਂ ਘਰੋਂ ਕੱਢ ਦਿੱਤਾ ਗਿਆ ਕਿ ਤੇਰਾ ਇੱਥੇ ਕੋਈ ਨਹੀਂ ਹੈਗਾ। ਇੱਕ ਮਹੀਨੇ ਤੋਂ ਇਸੇ ਤਰ੍ਹਾਂ ਹੀ ਲਾਵਾਰ ਸੜਕਾਂ 'ਤੇ ਘੁੰਮ ਰਿਹਾ ਔਰ ਅੱਜ ਇਸ ਨੂੰ ਮਾਨਵ ਸੇਵਾ ਸਮਿਤੀ ਭਾਈ ਕਨਈਆ ਆਸ਼ਰਮ ਉੱਥੇ ਇਹਨਾਂ ਨੂੰ ਪਹੁੰਚਾਉਣ ਜਾ ਰਹੇ ਹਾਂ। ਕਲੱਬ ਦੇ ਸਾਥੀ ਹੈ, ਕਿਸਾਨ ਸਵੇਰ ਦੇ ਨਿਗਾਹ ਰੱਖੀ ਹੋਈ ਹੈ ਇਹਦੇ ਔਰ ਇਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਕਹਿਣਾ ਚਾਹੁੰਦਾ। ਤੈਨੂੰ ਕਿਸੇ ਨੇ ਪਹਿਲਾਂ ਕਿਹਾ ਨਹੀਂ ਵੀ ਤੈਨੂੰ ਪਿੰਡ ਪਹੁੰਚਾ ਦਈਏ ਜਾਂ ਕਿੱਥੋਂ ਆਏ? ਨਾ ਕਿਸੇ ਨੇ ਪੁੱਛਿਆ, ਨਾ ਕਿਸੇ ਨੂੰ ਦੱਸਿਆ ਵੀ ਤੈਨੂੰ ਪਿੰਡ ਪਹੁੰਚਾਈਏ ਕਿ ਨਾ, ਕਿਸੇ ਵੀ ਨਹੀਂ। ਸਾਰਿਆਂ ਨੂੰ ਪਤਾ ਵੀ ਹੈ ਵੀ ਉਹ ਉੱਥੋਂ ਆਇਆ ਹੈ, ਪਤਾ ਵੀ ਹੁੰਦਾ ਹੈ, ਫਿਰ ਨਹੀਂ ਉਹ ਤੇ ਨਹੀਂ। ਕਿੰਨੇ ਭਰਾ ਹੈ ਤੇਰੇ? 7 ਭਰਾ ਹੈ। ਅਲੱਗ ਅਲੱਗ ਰਹਿੰਦੇ ਸਾਰੇ? ਕੀ ਕੰਮ ਕਰਦੇ? ਅਲੱਗ, ਜ਼ਿਮੀਂਦਾਰ ਦਾ ਦਿਹਾੜੀ ਦੂੜੀ ਕਰ ਲੈਂਦੇ ਨੇ ਸਾਰਾ ਕੁਛ। ਤੂੰ ਵੀ ਦਿਹਾੜੀ ਕਰਦਾ ਸੀ? ਹਾਂ, ਮੈਂ ਵੀ ਦਿਹਾੜੀ ਕਰਦਾ। ਅੱਛਾ, ਕਿੰਨੇ ਟਾਈਮ ਤੋਂ ਸੜਕਾਂ 'ਤੇ ਘੁੰਮਦਾ ਇੱਥੇ? ਮਹੀਨਾ ਹੋ ਗਿਆ ਮੈਂ। ਅੱਛਾ, ਅਤੇ ਅੱਜ ਤੈਨੂੰ ਘਰੇ ਪਹੁੰਚਾ ਦਈਏ? ਪਹੁੰਚਾ ਦਿਓ, ਇੱਕ ਵਾਰੀ ਪਹੁੰਚਾ ਦਿਓ, ਫਿਰ ਮੈਂ ਆਪੇ ਫਿਰ ਉਹ ਕਰ ਲਵਾਂਗੇ। ਠੀਕ, ਇੱਕ ਵਾਰੀ ਪਹੁੰਚਾ ਦਿਓ ਬਸ, ਫਿਰ ਵੇਖੀ ਜਾਊਗੀ। ਰੋਟੀ ਖਾਣੀ ਆ? ਫਿਰ ਰੋਟੀ ਖਾ ਲਈ, ਰੋਟੀ ਤਾਂ ਖਾ ਲਈ। ਠੀਕ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਸਵੇਰੇ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ ਕਿ ਬਜ਼ੁਰਗ ਹੈ ਲਾਵਾਰਸ ਅਵਸਥਾ 'ਚ, ਇੱਥੇ ਦੌਲਤਪੁਰ ਖੇੜਾ ਰੋਡ ਤੋਂ ਸੂਬਾ ਰਘੁਆਣਾ ਰੋਡ 'ਤੇ ਮਿਲੇ ਸੀ ਸਾਨੂੰ। ਉਸ ਤੋਂ ਬਾਅਦ ਭਾਈ ਕਨਈਆ ਆਸ਼ਰਮ ਦੇ ਸੇਵਾਦਾਰਾਂ ਕੋਲ ਵੀ ਇਹ ਵੀਡੀਓ ਗਈ, ਉਹਨਾਂ ਨੇ ਤੁਰੰਤ ਸੰਪਰਕ ਕੀਤਾ ਔਰ ਇਸ ਬਜ਼ੁਰਗ ਨੂੰ ਜਿਹੜਾ ਸਹਾਰਾ ਦੇਣ ਦੇ ਲਈ ਇੱਥੇ ਉਹਨਾਂ ਦੀ ਟੀਮ ਪਹੁੰਚੀ ਹੈ। ਭਾਈ ਗੁਰਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਹੈ ਭਾਈ ਕਨਈਆ ਸੇਵਾ ਆਸ਼ਰਮ ਟਰੱਸਟ ਦੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਹੁਣ ਇਹ ਬਾਬਾ ਜਿਹੜਾ ਤੁਹਾਨੂੰ ਦੱਸਿਆ ਕਿ ਝੰਡਾ ਖੁਰਦ ਦੱਸ ਰਿਹਾ ਔਰ ਜਿਹੜੀ ਸੰਸਥਾ ਹੈ ਇਹ ਵਿਛੜੇ ਹੋਏ ਜਿਹੜੇ ਆਪਣੇ ਪਰਿਵਾਰਾਂ ਤੋਂ ਕੁਛ ਲੋਕ ਵਿਛੜ ਜਾਂਦੇ ਆ ਜਾਂ ਮਾਨਸਿਕ ਰੂਪ 'ਚ ਪਰੇਸ਼ਾਨ ਹੋ ਕੇ ਘਰੋਂ ਚਲੇ ਜਾਂਦੇ ਆ, ਤਾਂ ਉਹਨਾਂ ਨੂੰ ਘਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਆ ਔਰ ਜਿਨ੍ਹਾਂ ਦੇ ਘਰਵਾਰ ਦਾ ਕੋਈ ਪਤਾ ਨਹੀਂ ਲੱਗਦਾ ਤਾਂ ਉਹਨਾਂ ਦਾ ਸਹਾਰਾ ਵੀ ਬਣਦਾ ਹੈ ਭਾਈ ਕਨਈਆ ਆਸ਼ਰਮ। ਅਤੇ ਭਾਈ ਗੁਰਵਿੰਦਰ ਸਿੰਘ ਜੀ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਮੈਂ ਗੁਰਵਿੰਦਰ ਸਿੰਘ, ਸੇਵਾਦਾਰ ਭਾਈ ਕਨਈਆ ਆਸ਼ਰਮ। ਅੱਜ ਸਵੇਰੇ ਬੱਪਾ ਪਿੰਡ ਤੋਂ ਅੰਮ੍ਰਿਤ ਹੈ, ਸੇਵਾ ਨਦਾਰ ਹੈ ਜਿਹੜਾ ਭਾਈ ਕਨਈਆ ਆਸ਼ਰਮ ਦਾ, ਇਹਨਾਂ ਦਾ ਵਟਸਐਪ 'ਤੇ ਇੱਕ ਵੀਡੀਓ ਆਈ ਮੇਰੇ ਕੋਲ ਵੀ ਲਗਭਗ 11 ਵਜੇ, ਵੀ ਇਹ ਬਜ਼ੁਰਗ ਨੇ ਇੱਥੋਂ ਰਘੁਆਣੇ ਦੇ ਕੋਲ ਖੇਤ ਦੇ ਵਿੱਚ ਹੈਗੇ ਨੇ, ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਈ ਕਨਈਆ ਆਸ਼ਰਮ ਲਗਭਗ 300 ਜਿਹੜੇ ਇਹੋ ਜਿਹੇ ਬਜ਼ੁਰਗ ਭੈਣਾਂ ਭਰਾ ਹੈ ਜਿਨ੍ਹਾਂ ਦੀ ਸੇਵਾ ਸੰਭਾਲ ਸਾਰੀ ਸੰਗਤ ਦੇ ਸਹਿਯੋਗ ਨਾਲ, ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਅਤੇ ਇਹਨਾਂ ਦੀ ਜਿਵੇਂ ਹੀ ਖਬਰ ਮਿਲੀ, ਥੋੜ੍ਹਾ ਜਿਹਾ ਬਾਜ਼ਾਰ ਦੇ ਅੰਦਰ ਕੰਮ ਸੀਗਾ, ਉਹ ਕੰਮ ਕਰਕੇ ਜਿਸ ਤਰ੍ਹਾਂ ਹੀ ਫ੍ਰੀ ਹੋਏ ਉਸੇ ਟਾਈਮ ਸਿੱਧਾ ਇੱਧਰ ਅੰਮ੍ਰਿਤ ਨੂੰ ਨਾਲ ਲੈ ਕੇ ਇੱਥੇ ਆਏ ਹਾਂ। ਅਤੇ ਜਿਹੜੀ ਟੀਮ ਨੇ, ਜਿਸ ਵੀ ਸੇਵਾਦਾਰਾਂ ਨੇ ਇਹਦੀ ਇਤਲਾਹ ਦਿੱਤੀ ਹੈ, ਵੀਡੀਓ ਵਾਇਰਲ ਕੀਤੀ ਹੈ, ਮੈਂ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵੀ ਇਹੋ ਜਿਹੇ ਜਿਹੜੇ ਬਜ਼ੁਰਗ ਨੇ ਜਾਂ ਭੈਣ ਭਰਾ ਬੱਚੇ ਨੇ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ, ਉਹਨਾਂ ਨੂੰ ਆਪਾਂ ਸਹੀ ਟਿਕਾਣੇ 'ਤੇ ਪਹੁੰਚਾਈਏ ਅਤੇ ਰਲ ਮਿਲ ਕੇ ਇਹਨਾਂ ਦੀ ਸੇਵਾ ਕਰੀਏ। ਇਹੋ ਹੀ ਮਨੁੱਖਤਾ ਦੀ ਸੇਵਾ ਭਾਈ ਕਨਈਆ ਆਸ਼ਰਮ ਭਾਈ ਕਨਈਆ ਜੀ ਦੇ ਦਿਖਾਏ ਰਸਤੇ 'ਤੇ ਚੱਲਦੇ ਹੋਏ ਕਰ ਰਿਹਾ ਹੈ। ਅਤੇ ਇਹਨਾਂ ਸਾਰਿਆਂ ਦਾ ਜਿਹੜੇ ਵੀ ਸੱਜਣ ਨੇ ਬਹੁਤ ਬਹੁਤ ਧੰਨਵਾਦ, ਅਤੇ ਹੁਣ ਇਹਨਾਂ ਨੂੰ ਭਾਈ ਸਾਹਿਬ ਨੂੰ ਅਸੀਂ ਆਸ਼ਰਮ ਲੈ ਕੇ ਜਾ ਰਹੇ ਹਾਂ। ਧੰਨਵਾਦ ਜੀ।
ਦੋਸਤੋ ਜੇਕਰ ਅਸੀਂ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ।